ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਸਭ ਤੋਂ ਲੰਮਾ ਸਮਾਂ ਸਿੱਖ ਪੰਥ ਦੇ ਆਗੂ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ। ਦੋ ਅਖਬਾਰਾਂ ਵੀ ਉਹਨਾਂ ਦੀਆਂ, ਇੱਕ ਉਰਦੂ ਵਿੱਚ ਪ੍ਰਭਾਤ, ਇੱਕ ਅਕਾਲੀ ਪੰਜਾਬੀ ਦੇ ਵਿੱਚ ਚੱਲਦੀਆਂ ਰਹੀਆਂ ਨੇ। ਇਹਨਾਂ ਦੇ ਖਿਲਾਫ਼ ਬਹੁਤ ਭਾਰੀ, ਖਾਸ ਕਰਕੇ ਕਾਂਗਰਸੀਆਂ ਨੇ 1960 ਦੀ ਗੁਰਦੁਆਰਾ ਚੋਣ ਦੇ ਸਮੇਂ ਤੋਂ ਝੂਠਾ ਪ੍ਰਾਪੇਗੰਡਾ ਸ਼ੁਰੂ ਕੀਤਾ ਸੀ। ਪੰਜਾਬ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਉਸ ਵੇਲੇ ਪ੍ਰੈਸ ਜਿਹੜੇ ਜ਼ਿਆਦਾ ਸੀਗੇ, ਉਰਦੂ ਦੇ ਵਿੱਚ ਅਖਬਾਰਾਂ ਛਪਦੀਆਂ ਸੀ, ਇਹ ਹੀ ਲਿਖਦੇ ਹੁੰਦੇ ਸਨ। ਇਹਨਾਂ ਨੇ ਕਿਉਂਕਿ ਸਾਰੇ ਹਿੰਦੂ ਸਿੱਖਾਂ ਨੇ ਰਲ ਕੇ ਮਾਸਟਰ ਤਾਰਾ ਸਿੰਘ ਨੂੰ ਸਾਂਝਾ ਡਿਕਟੇਟਰ ਚੁਣ ਲਿਆ ਸੀ ਪਾਕਿਸਤਾਨ ਦੇ ਰੋਕਣ ਵਾਸਤੇ ਅਤੇ ਮੁਸਲਮਾਨਾਂ ਤੋਂ ਹਿੰਦੂ ਸਿੱਖਾਂ ਨੂੰ ਬਚਾਉਣ ਵਾਸਤੇ। ਅਤੇ ਪੰਜਾਬ ਦੇ ਵਿੱਚ ਮੁਸਲਿਮ ਲੀਗ ਦਾ ਕੋਈ ਇੰਨਾ ਪ੍ਰਭਾਵ ਨਹੀਂ ਸੀ, ਪਰ ਹੌਲੀ ਹੌਲੀ ਮੁਸਲਮਾਨ ਜਿਹੜੇ ਸੀ ਮੁਸਲਿਮ ਲੀਗ ਵੱਲ ਝੁਕਦੇ ਰਹੇ। ਉਸ ਵੇਲੇ ਸਰ ਖਿਜ਼ਰ ਹਯਾਤ ਖਾਂ ਪੰਜਾਬ ਦਾ ਪ੍ਰੀਮੀਅਰ ਸੀ। ਪੰਜਾਬ ਦੇ ਵਿੱਚ 57% ਮੁਸਲਮਾਨਾਂ ਦੀ ਆਬਾਦੀ ਸੀ। ਉਹ ਯੂਨੀਅਨਿਸਟ ਪਾਰਟੀ ਜਿਹਦੇ ਵਿੱਚ ਹਿੰਦੂ ਸਿੱਖ ਯਾਨੀ ਕਾਂਗਰਸੀ ਅਕਾਲੀ ਵੀ ਨਾਲ ਸ਼ਾਮਿਲ ਸਨ, ਇਹ ਮੁਸਲਮਾਨਾਂ ਦੇ ਦਬਾਅ ਵਿੱਚ ਆ ਕੇ ਖਿਜ਼ਰ ਹਯਾਤ ਖਾਂ ਨੇ 2 ਮਾਰਚ 1946 ਨੂੰ ਰਿਜ਼ਾਈਨ ਦੇ ਤਾ। ਅਤੇ ਉਸ ਵੇਲੇ ਸਭ ਤੋਂ ਸਿੰਗਲ, ਭਾਵੇਂ ਮਜਾਰਟੀ ਨਹੀਂ ਪਰ ਸਿੰਗਲ ਲਾਰਜੈਸਟ ਪਾਰਟੀ ਪੰਜਾਬ ਅਸੈਂਬਲੀ ਦੇ ਵਿੱਚ ਮੁਸਲਮਾਨਾਂ ਦੀ ਸੀ। 225 MLA ਹੁੰਦਾ ਸੀ ਪੰਜਾਬ ਅਸੈਂਬਲੀ ਦਾ, ਉਹਦੇ ਵਿੱਚੋਂ 33 ਸਿੱਖਾਂ ਦੀ ਆਬਾਦੀ MLA ਹੁੰਦੇ ਸੀਗੇ, 225 90 ਦੇ ਕਰੀਬ ਮੁਸਲਮਾਨ ਹੁੰਦੇ ਸੀ, ਬਾਕੀ ਹਿੰਦੂ MLA ਹੁੰਦੇ ਸੀ। ਉਹ 47 'ਚ ਪਾਕਿਸਤਾਨ ਤੋਂ ਬਾਅਦ ਹਿੰਦੂ ਸਿੱਖ ਇੱਧਰ ਆ ਗਏ, ਪੂਰਬੀ ਪੰਜਾਬ ਦੀ ਅਸੈਂਬਲੀ ਬਣ ਗਈ, ਮੁਸਲਮਾਨ ਸਾਰੇ ਉੱਧਰ ਚਲੇ ਗਏ, ਪੱਛਮੀ ਪੰਜਾਬ ਦੀ ਅਸੈਂਬਲੀ ਬਣ ਗਈ। ਅਤੇ 2 ਨੂੰ ਉਹਨੇ ਅਸਤੀਫਾ ਦਿੱਤਾ ਮੁਸਲਮਾਨਾਂ ਦੇ ਪ੍ਰਭਾਵ ਹੇਠ ਆਣ ਕੇ, ਮੁਸਲਿਮ ਲੀਗ ਦੇ ਜ਼ੋਰ ਫੜ ਜਾਣ ਨਾਲ। ਅਤੇ 3 ਮਾਰਚ ਨੂੰ ਨਵਾਬ ਮਮਦੋਟ, ਜਿਹੜਾ ਪੰਜਾਬ ਮੁਸਲਿਮ ਲੀਗ ਦਾ ਪ੍ਰੈਜ਼ੀਡੈਂਟ ਸੀਗਾ, ਇਫਤਖਾਰ ਅਲੀ ਇਹੋ ਜਿਹਾ ਨਾਂ ਸੀ ਜੇ ਮੈਂ ਸਹੀ ਨਹੀਂ ਪੂਰਾ ਬੋਲਦਾ ਤਾਂ, ਜੇ ਸਹੀ ਪੂਰਾ ਬੋਲਦਾ ਤਾਂ, ਉਹਦੀ ਅਗਵਾਈ ਹੇਠਾਂ ਮੁਸਲਿਮ ਲੀਗ ਵਾਲੇ ਭਾਰੀ ਜਲੂਸ ਕੱਢ ਕੇ ਅਸੈਂਬਲੀ ਹਾਲ ਨੂੰ ਆ ਰਹੇ ਨੇ, ਗਵਰਨਰ ਨੂੰ ਇਹ ਮੰਗ ਪੱਤਰ ਦੇਣ ਲਈ ਵੀ ਯੂਨੀਅਨ ਸਰਕਾਰ ਦਾ ਅਸਤੀਫਾ ਆ ਗਿਆ, ਹੁਣ ਸਾਡੀ ਸਭ ਤੋਂ ਵੱਡੀ ਪਾਰਟੀ ਹੈ ਮੁਸਲਿਮ ਲੀਗ ਦੇ ਆਗੂ ਨੂੰ ਸਹੁੰ ਚੁਕਾਈ ਜਾਵੇ ਤਾਂ ਕਿ ਅਸੀਂ ਸਰਕਾਰ ਦੇ ਪੰਜਾਬ ਦੇ ਵਿੱਚ ਸਰਕਾਰ ਬਣਾਈਏ। ਅਤੇ ਉਸ ਵੇਲੇ ਮੈਨੂੰ ਇਹ ਜੋ ਕੁਝ ਵਾਪਰਿਆ ਇਹ ਕਿਤੇ ਲਿਖਤ ਵਿੱਚ ਨਹੀਂ ਆਇਆ, ਲੋਕਾਂ ਨੇ ਪ੍ਰੈਸ ਦੇ ਅਗਲੇ ਦਿਨ ਮਾਸਟਰ ਝੰਡਾ ਵੜਤਾ, ਉਹ ਹੋ ਗਿਆ ਆਹ ਹੋ ਗਿਆ। ਮੈਨੂੰ ਆਪਣੀ ਜ਼ਬਾਨੀ 1970-71 ਦੇ ਵਿੱਚ ਉਸ ਬੰਦੇ ਨੇ ਸੁਣਾਈ ਆ ਜਿਹੜਾ ਉਸ ਵੇਲੇ MLA ਸੀ ਅਤੇ ਉੱਥੇ ਮੌਜੂਦ ਸੀ ਮਾਸਟਰ ਤਾਰਾ ਸਿੰਘ ਦੇ ਪਿੱਛੇ। ਉਹਨੇ ਉਹਦਾ ਨਾਂ ਸੀ ਸਰਦਾਰ ਹਰਚਰਨ ਸਿੰਘ ਬਾਜਵਾ ਕਾਦੀਆਂ, ਉਹ ਸਿਆਲਕੋਟ ਤੋਂ ਫਿਰ ਆਣ ਕੇ ਇੱਧਰ ਕਾਦੀਆਂ ਵਿੱਚ ਵੱਸੇ ਸੀ, ਉਹ ਉਸ ਸਮੇਂ MLA ਸੀ। ਉਹਨੇ ਦੱਸਿਆ ਵੀ ਮਾਸਟਰ ਤਾਰਾ ਸਿੰਘ ਸਾਡੇ ਆਗੂ ਸੀ, ਉਹ MLA ਨਹੀਂ ਸੀਗੇ। ਊਧਮ ਸਿੰਘ ਨਾਗੋ, ਕੇਸ਼ਰ ਸਿੰਘ ਬਜੈਲ, ਗੋਪੀ ਚੰਦ ਭਾਰਗੋ, ਭੀਮ ਸੈਨ ਸੱਚਰ, ਇਸ ਤਰ੍ਹਾਂ ਦੇ ਹਿੰਦੂ ਸਿੱਖ MLA ਸਾਰੇ ਇਕੱਠੇ, ਜਨਤਾ ਨਹੀਂ ਸੀ ਇਹਨਾਂ ਦੇ ਨਾਲ, ਇਹ MLA ਅਤੇ ਹੁਣੇ ਤਾਜ਼ਾ ਲੱਥੇ ਹੋਏ ਗੱਦੀ ਤੋਂ ਵਜ਼ੀਰ ਸਨ, ਉਹ ਮਲਖਈਆ ਲੈ ਕੇ ਆ ਰਿਹਾ ਸੀ ਅਤੇ ਕਹਿੰਦਾ ਵੀ ਅਸੀਂ ਕੰਬੀਏ, ਅਤੇ ਉਹ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੇ ਆ ਰਹੇ ਸੀ। ਮਾਸਟਰ ਸਾਗਰਾ ਸਿੰਘ ਉਹ ਸਿੱਧੀ ਲੰਮੀ ਲੋਹੇ ਦੇ ਮਿਆਨ ਦੇ ਵਿੱਚ ਉਹ ਆਪਣੇ ਕਿਰਪਾਨ ਰੱਖਦੇ ਹੁੰਦੇ ਸੀ, ਉਹ ਅਸੈਂਬਲੀ ਹਾਲ ਦੀਆਂ ਪੌੜੀਆਂ 'ਚ ਕਹਿੰਦੇ ਸਾਡੇ ਮੂਹਰੇ ਖਲੋਤੇ ਸੀ। ਉਹਨਾਂ ਨੇ
ਖਿੱਚ ਕੇ ਉੱਥੋਂ ਕਿਰਪਾਨ ਅਤੇ ਪਾਕਿਸਤਾਨ ਮੁਰਦਾਬਾਦ ਦਾ ਨਾਰਾ ਲਾਤਾ। ਕਹਿੰਦਾ ਵੀ ਸਾਡੀਆਂ ਤਾਂ ਲੱਤਾਂ ਕੰਬਣ ਲੱਗ ਪਈਆਂ, ਪਿਆ ਭੀੜ ਜਿਹੜੀ ਆ ਸਾਨੂੰ ਇਹ ਕਿੱਥੇ ਜਿੰਦਾ ਛੱਡੂਗੀ, ਪਤਾ ਨਹੀਂ ਕਹਿੰਦਾ ਕੀ ਵਾਪਰਿਆ। ਉਹਦੇ ਦੱਸਣ ਮੁਤਾਬਕ ਮਮਦੋਟ ਨਵਾਬ ਮਲੇ ਜਿਹੜਾ ਸੀ ਮਮਦੋਟ ਰਿਆਸਤ ਦਾ ਫਿਰੋਜ਼ਪੁਰ ਦੇ ਵਿੱਚ ਸੀ ਉਹ ਰਿਆਸਤ, ਉਹ ਅੱਗੇ ਸੀ ਸਭ ਤੋਂ ਪ੍ਰੈਜ਼ੀਡੈਂਟ ਸੀ ਮੁਸਲਿਮ ਲੀਗ ਦਾ ਪੰਜਾਬ ਦੀ ਦਾ। ਉਹਨੇ ਮਾਸਟਰ ਤਾਰਾ ਸਿੰਘ ਦੇ ਗੋਡੀ ਹੱਥ ਲਾ ਤੇ ਅਤੇ ਪੁਲਿਸ ਨੇ ਜਾਇ ਉਤਰਿਆ, ਫਿਰ ਖਿੰਡ ਖੁੰਡ ਗਏ ਜਿਹੜਾ ਸੀ ਫਸਾਦ ਹੋਣੋਂ ਬਚ ਗਿਆ। ਪਰ ਉਹਦੀ ਮਾਸਟਰ ਤਾਰਾ ਸਿੰਘ ਦੇ ਪਾਕਿਸਤਾਨ ਮੁਰਦਾਬਾਦ ਦੇ ਨਾਰਾ ਲਾਉਣ 'ਤੇ ਮੁਸਲਿਮ ਲੀਗ ਜਿਹੜੀ ਸੀ ਉਹ ਗਵਰਨਰੀ ਰਾਜ ਹੋ ਗਿਆ, ਮੁਸਲਿਮ ਲੀਗ ਦਾ ਰਾਜ ਨਹੀਂ ਹੋਇਆ। ਹੋ ਸਕਦਾ ਜੇ ਸਰਕਾਰ ਵੀ ਉਹਨਾਂ ਦੀ ਬਣ ਜਾਂਦੀ ਤਾਂ ਸਾਡਾ ਨੁਕਸਾਨ ਇਸ ਤੋਂ ਵੀ ਵੱਧ ਹੋ ਜਾਂਦਾ। ਪਰ 3 ਮਾਰਚ ਤੋਂ ਅਗਲੇ ਦਿਨ ਤੋਂ ਲੈ ਕੇ ਫਿਰ ਮਾਸਟਰ ਜੀ ਦੇ ਇਲਾਕੇ 'ਚ ਰਾਵਲਪਿੰਡੀ ਪਿਸ਼ੌਰ ਦੇ ਵਿੱਚ ਫਿਰ ਮੁਸਲਿਮ ਲੀਗ ਨੇ ਹਿੰਦੂ ਸਿੱਖਾਂ ਦਾ ਕਤਲਾਮ ਅਤੇ ਅੱਗ ਲਾਉਣ ਨਾਲ ਸਾੜੀ ਸ਼ੁਰੂ ਕੀਤੀਆਂ। ਬੰਦੇ ਲੜਾਈਆਂ ਕਰਦੇ ਮੁਕਾਬਲੇ ਕਰਦੇ ਹਮਲਾਵਰਾਂ ਦੇ ਮਰ ਗਏ, ਬੀਬੀਆਂ ਨੂੰ ਕੁਝ ਉਹਨਾਂ ਨੇ ਆਪ ਟੱਬਰ ਦੇ ਬੱਚਿਆਂ ਨੂੰ ਮਾਤਾਵਾਂ ਨੂੰ ਪਤਨੀਆਂ ਨੂੰ ਭੈਣਾਂ ਨੂੰ ਹੱਥੀਂ ਕਤਲ ਕੀਤਾ, ਕੁਝ ਖੂਹਾਂ 'ਚ ਛਾਲਾਂ ਮਾਰ ਕੇ ਮਰੀਆਂ। 70 ਦੇ ਕਰੀਬ ਬੰਦੇ ਮਾਸਟਰ ਤਾਰਾ ਸਿੰਘ ਦੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਵਿੱਚ ਉਸ ਕਤਲਾਮ ਦੇ ਵਿੱਚ ਜਿਹੜੇ ਸੀ ਉਹ ਕਤਲ ਹੋਏ। ਔਰ ਇਹ ਮੈਂ ਇਕੱਲਾ ਹੀ ਨਹੀਂ ਕਹਿ ਰਿਹਾ, ਅਤੇ 3 ਮਾਰਚ ਤੋਂ ਲੈ ਕੇ 13 ਮਾਰਚ ਤੱਕ, ਫਿਰ 13 ਮਾਰਚ ਦੀ ਸ਼ਾਮ ਨੂੰ ਗੋਰਖਾ ਮਿਲਟਰੀ ਨੇ ਆਣ ਕੇ ਉਹ ਬੰਦ ਕਤਲਾਮ ਕਰਵਾਇਆ। ਕਹਿੰਦਾ ਕਿਸੇ ਵੀ ਇਨਕਲੂਡਿੰਗ ਖਿਜ਼ਰ ਹਿਆਤ ਖਾਂ ਔਰ ਨਵਾਬ ਮਮਦੋਟ ਦੇ ਸਮੇਂ 'ਚ ਆਪਣਾ ਜਿਹੜਾ ਸੀਗਾ ਵੱਡਾ ਲੀਡਰ ਇਹਨਾਂ ਦਾ ਜਿਨਾਹ, ਕਿਸੇ ਵੀ ਮੁਸਲਮਾਨ ਨੇ ਨਿਖੇਧੀ ਨਹੀਂ ਕੀਤੀ ਵੀ ਇਹ ਮਾੜਾ ਕੰਮ ਹੋਇਆ ਵੀ ਮੁਸਲਮਾਨਾਂ ਨੇ ਹਿੰਦੂ ਸਿੱਖਾਂ ਦਾ ਕਿਉਂ ਕਤਲਾਮ ਕੀਤਾ। ਕਹਿੰਦਾ ਹਿੰਦੂ ਸਿੱਖ ਕਿਵੇਂ ਉੱਥੇ ਪਾਕਿਸਤਾਨ 'ਚ ਰਹਿ ਜਾਂਦੇ, ਇਹ ਮੁਸਲਮਾਨ ਇੱਕ ਡੈਨਮਾਰਕ ਦੇ ਵਿੱਚ ਰਹਿੰਦਾ ਹੈ, ਬਹੁਤ ਪੜ੍ਹਿਆ ਲਿਖਿਆ ਇਤਿਹਾਸਕਾਰ। ਇਹ ਮੈਂ ਰੀਸੈਂਟਲੀ ਉਹਦੀ ਇੰਟਰਵਿਊ ਸੁਣ ਕੇ ਆਹ ਜਿਹੜਾ ਤਰੀਕਾਂ ਦੀ ਗੱਲ ਤੁਹਾਨੂੰ ਮੈਂ ਦੱਸ ਰਿਹਾ ਵਾਂ। ਮਾਸਟਰ ਤਾਰਾ ਸਿੰਘ ਦੀ ਉਸ ਤਲਵਾਰ ਕੱਢ ਕੇ ਮੁਰਦਾਬਾਦ ਕਹਿਣ ਨਾਲ ਸਿੱਖਾਂ ਦਾ ਮਸਲਾ ਹੱਲ ਕਰਨ ਲਈ ਅੰਗਰੇਜ਼ ਸਰਕਾਰ ਨੇ ਲਗਭਗ ਨੀਅਰਲੀ ਅੱਧਾ ਪੰਜਾਬ ਪਾਕਿਸਤਾਨ 'ਚ ਜਾਣ ਤੋਂ ਰੋਕ ਲਿਆ, ਨਹੀਂ ਤਾਂ ਗੁੜਗਾਓਂ ਤੱਕ ਦਿੱਲੀ ਦੇ ਪਰ ਤੱਕ ਪਰਲੇ ਪਾਸੇ ਤੱਕ ਪਾਕਿਸਤਾਨ ਬਣਦਾ। ਉਹ ਪਾਕਿਸਤਾਨ ਬਣਨ ਨਾਲ ਪੰਜਾਬ ਦਾ ਜਿਹੜਾ ਕਾਂਗੜਾ ਜ਼ਿਲ੍ਹਾ ਸੀ ਉਹ ਮਿਲਦਾ ਸੀ ਜਾ ਕੇ ਚੀਨ ਦੇ ਬਾਰਡਰ ਨਾਲ, ਚੀਨ ਤੱਕ ਪਾਕਿਸਤਾਨ ਹੁੰਦਾ, ਅਤੇ ਹਿਮਾਚਲ ਜਿਹੜਾ ਸੀ ਇਹ ਦੋਹੀ ਥਾਈਂ ਵੰਡਿਆ ਜਾਂਦਾ ਸੀ ਕਿਉਂਕਿ ਇੱਧਰ ਵੀ ਅੱਧਾ ਹਿਮਾਚਲ ਅਤੇ ਇੱਧਰ ਵੀ ਵਿਚਕਾਰ ਦੀ ਕਾਂਗੜਾ ਜ਼ਿਲ੍ਹਾ ਲੱਗਦਾ ਸੀ, ਅੱਧਾ ਹਿਮਾਚਲ ਪਾਕਿਸਤਾਨ ਜਾਂਦਾ ਸੀ ਔਰ ਕਸ਼ਮੀਰ ਨਾਲੋਂ ਸਾਡਾ ਲਿੰਕ ਟੁੱਟ ਜਾਂਦਾ ਸੀ, ਅੱਧੇ ਹਿਮਾਚਲ ਅਤੇ ਕਸ਼ਮੀਰ ਇਹ ਪਾਕਿਸਤਾਨ ਦੇ ਵਲਗਣ ਦੇ ਵਿੱਚ ਆ ਜਾਂਦੇ ਸੀ। ਇਸੇ ਬਿਨਾਂ 'ਤੇ ਫਿਰ ਬੰਗਾਲ ਦੀ ਵੰਡ ਹੋਈ ਆ, ਅੱਧੇ ਹਿਮਾਚਲ ਨੂੰ, ਕਸ਼ਮੀਰ ਨੂੰ, ਅੱਧੇ ਪੰਜਾਬ ਨੂੰ, ਅੱਧੇ ਬੰਗਾਲ ਨੂੰ ਬਣਾਉਣ ਵਾਲਾ ਮਾਸਟਰ ਤਾਰਾ ਸਿੰਘ ਆ ਜਿਹੜਾ ਕਿ ਕਿਤੇ ਮਹਾਤਮਾ ਗਾਂਧੀ ਨਾਲੋਂ ਅਤੇ ਪੰਡਿਤ ਜਵਾਹਰ ਲਾਲ ਨਾਲੋਂ ਵੱਧ ਦੇਸ਼ ਭਗਤ ਸੀ, ਪਰ ਉਹਦੀ ਅੱਜ ਬਦਨਾਮੀ ਕੀਤੀ ਜਾਂਦੀ ਹੈ, ਸਿੱਖਾਂ ਦੇ ਵਿੱਚ ਉਹਦੇ ਖਿਲਾਫ਼ ਨਫ਼ਰਤ ਪੈਦਾ ਕੀਤੀ ਜਾਂਦੀ ਹੈ ਕਿ ਉਹਨੇ ਖਾਲਿਸਤਾਨ ਅੰਗਰੇਜ਼ ਦਿੰਦੇ ਸੀ ਸਿੱਖਾਂ ਨੂੰ, ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ। ਅਤੇ ਮਾਸਟਰ ਤਾਰਾ ਸਿੰਘ ਨੇ ਉਹ ਕਰਨ ਨਹਿਰੇ ਨੂੰ ਕਿਹਾ ਵੀ ਤੁਹਾਨੂੰ ਪਾਕਿਸਤਾਨ ਵਾਲੇ ਬੜਾ ਸਲਾਉਂਦੇ, ਕਹਿੰਦਾ ਉਹ ਸਿਆਣੇ ਆ, ਉਹ ਸਾਡੀ ਤਾਰੀਫ ਕਰਦੇ ਆ ਵੀ ਅਸੀਂ ਉਹਨਾਂ ਨਾਲ ਰਲੀਏ, ਉਹਨਾਂ ਦੇ ਹਮਾਇਤੀ ਹੋਈਏ, ਤੁਸੀਂ ਮੂਰਖ ਜੇ ਸਾਨੂੰ ਧੱਕ ਕੇ ਉਹਨਾਂ ਵੱਲ ਭੇਜ ਦਿਓ।